ਹਾਂਜੀ, ਸੋ ਅੱਜ ਦੇ ਲੈਕਚਰ ਵਿੱਚ ਆਪਾਂ ਕੁਆਡਰੇਟਿਕ ਫਾਰਮੂਲਾ ਬਾਰੇ ਪੜ੍ਹਾਂਗੇ, ਪਰ ਕੁਆਡਰੇਟਿਕ ਫਾਰਮੂਲੇ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਡਿਸਕ੍ਰਿਮੀਨੈਂਟ ਕੀ ਹੈ। ਪਰ ਡਿਸਕ੍ਰਿਮੀਨੈਂਟ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕੁਆਡਰੇਟਿਕ ਇਕੁਏਸ਼ਨਸ ਕੀ ਹੁੰਦੀਆਂ। ਸੋ ਸਟਾਰਟ ਕਰਦੇ ਹਾਂ। ਸੋ ਆਪਣੇ ਕੋਲ ਏ ਐਕਸ ਸਕੁਆਇਰ ਪਲੱਸ ਬੀ ਐਕਸ ਪਲੱਸ ਸੀ ਇਕੁਅਲਸ ਟੂ ਜ਼ੀਰੋ ਇੱਕ ਕੁਆਡਰੇਟਿਕ ਇਕੁਏਸ਼ਨ ਹੈ, ਰਾਈਟ? ਸੋ ਜਿਹਦੇ ਵਿੱਚ ਇਹ ਹਮੇਸ਼ਾ ਕੀ ਹੁੰਦਾ ਰਾਜੇ, ਨੋਟ ਇਕਲਸ ਟੂ ਜ਼ੀਰੋ। ਇਹਨਾਂ ਨੂੰ ਆਪਾਂ ਬੋਲਦੇ ਹਾਂ ਇਸ ਫਾਰਮ ਦੀਆਂ ਇਕੁਏਸ਼ਨਸ ਨੂੰ ਕੁਆਡਰੇਟਿਕ ਇਕੁਏਸ਼ਨਸ, ਜਿਨ੍ਹਾਂ ਦੀ ਡਿਗਰੀ 2 ਹੁੰਦੀ ਹੈ, ਰਾਈਟ? ਸੋ ਹੁਣ ਆਪਾਂ ਗੱਲ ਕਰਦੇ ਹਾਂ ਡਿਸਕ੍ਰਿਮੀਨੈਂਟ ਬਾਰੇ। ਡਿਸਕ੍ਰਿਮੀਨੈਂਟ ਕੀ ਚੀਜ਼ ਹੈ? ਸੋ ਆਪਾਂ ਇੱਥੇ ਲਿਖਦੇ ਹਾਂ ਡਿਸਕ੍ਰਿਮੀਨੈਂਟ। ਸੋ ਡਿਸਕ੍ਰਿਮੀਨੈਂਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਨੂੰ ਕੱਢਿਆ ਜਾਂਦਾ ਹੈ ਡੀ ਇਜ ਇਕਲਸ ਟੂ b ਸਕੁਆਇਰ ਮਾਈਨਸ 4ac, ਰਾਈਟ? ਸੋ ਆਪਾਂ ਇੱਥੇ ਲਿਖਦੇ ਹਾਂ b ਸਕੁਆਇਰ ਮਾਈਨਸ 4ac। ਹੁਣ ਰਾਜੇ ਜੋ d ਹੈ ਇਸ ਦੀਆਂ ਤਿੰਨ ਵੈਲਿਊਜ਼ ਆ ਸਕਦੀਆਂ, ਜਾਂ ਤਾਂ ਇਹ ਗ੍ਰੇਟਰ ਦੈਨ 0 ਆ ਸਕਦਾ ਹੈ, ਜਾਂ ਇਕੁਅਲਸ ਟੂ 0 ਆ ਸਕਦਾ ਹੈ, ਐਂਡ ਜਾਂ ਲੈਸ ਦੈਨ 0। ਵੈਰੀ ਗੁੱਡ। ਸੋ ਆਪਣੇ ਕੋਲੇ d ਦੀ ਵੈਲਿਊ ਹੋ ਸਕਦਾ ਹੈ ਗ੍ਰੇਟਰ ਦੈਨ 0 ਆ ਜੇ, ਹੋ ਸਕਦਾ ਹੈ d ਦੀ ਵੈਲਿਊ ਲੈਸ ਦੈਨ 0 ਆ ਜੇ, ਹੋ ਸਕਦਾ ਹੈ ਡੀ ਦੀ ਵੈਲਿਊ ਇਕੁਅਲਸ ਟੂ 0 ਆ ਜੇ। ਸੋ ਆਪਾਂ ਇੱਥੇ ਕਰਦੇ ਹਾਂ, ਰਾਈਟ? ਸੋ ਹੁਣ ਮੇਰੇ ਕੋਲੇ ਤਿੰਨ ਆਪਸ਼ਨ ਹੈ ਤੇ ਤਿੰਨਾਂ ਦੇ ਵਿੱਚ ਮੇਰੇ ਕੋਲੇ ਕੁਛ ਨਾ ਕੁਛ ਕੰਕਲੂਜਨਸ ਆ। ਸੋ ਜੇਕਰ ਡੀ ਦੀ ਵੈਲਿਊ ਗ੍ਰੇਟਰ ਦੈਨ 0 ਆ, ਦੈਨ ਮੈਂ ਲਿਖੂੰਗਾ ਟੂ ਰੀਅਲ ਐਂਡ ਡਿਸਟਿੰਕਟ ਰੂਟਸ। ਟੂ ਰੀਅਲ ਐਂਡ ਡਿਸਟਿੰਕਟ ਮਤਲਬ ਕਿ ਦੋ ਰੂਟਸ ਆਏ ਹੈ ਤੇ ਦੋਨੋਂ ਕੀ ਹੈ ਅਲੱਗ ਅਲੱਗ ਆਏ ਹੈ, ਰਾਈਟ? ਜੇਕਰ ਆਪਣੇ ਕੋਲੇ ਸੈਕਿੰਡ ਕੇਸ ਡੀ ਦੀ ਵੈਲਿਊ ਇਕੁਅਲਸ ਟੂ 0 ਆ, ਫਿਰ ਆਪਾਂ ਕੀ ਲਿਖਾਂਗੇ? ਟੂ ਰੂਟਸ ਆਏ ਹੈ ਪਰ ਦੋਨੋਂ ਕੀ ਹੈ ਇਕੁਅਲ। ਸੋ ਟੂ ਰੀਅਲ ਐਂਡ ਇਕੁਅਲ ਰੂਟਸ। ਨੈਕਸਟ ਆਪਣੇ ਕੋਲੇ ਜੇਕਰ ਡੀ ਦੀ ਵੈਲਿਊ ਲੈਸ ਦੈਨ 0 ਆ ਜੇ, ਦੈਨ ਆਪਾਂ ਕਹਾਂਗੇ ਨੋ ਰੀਅਲ ਰੂਟਸ। ਸੋ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਰੂਟਸ ਹੀ ਹੈ ਨਹੀਂ, ਨੋ ਰੀਅਲ ਰੂਟਸ। ਸੋ ਮੈਂ ਇੱਥੇ ਲਿਖ ਦਿੰਦਾ ਜੇ ਨੋ ਰੀਅਲ ਰੂਟਸ ਹੈ ਤਾਂ ਓਬਵੀਅਸਲੀ ਕੋਈ ਹੋਰ ਤਰ੍ਹਾਂ ਦੇ ਰੂਟਸ ਐਗਜ਼ਿਸਟ ਕਰਦੇ ਹੋਣਗੇ, ਉਹਨਾਂ ਰੂਟਸ ਨੂੰ ਬੋਲਿਆ ਜਾਂਦਾ ਰਾਜੇ ਇਮੈਜਿਨਰੀ ਰੂਟਸ, ਜਿਨ੍ਹਾਂ ਨੂੰ ਆਪਾਂ ਹਾਇਰ ਕਲਾਸਿਸ ਦੇ ਵਿੱਚ ਸਟੱਡੀ ਕਰਦੇ ਹਾਂ, ਰਾਈਟ? ਇਮੈਜਿਨਰੀ ਰੂਟਸ, ਇਹਨਾਂ ਬਾਰੇ ਵੀ ਆਪਾਂ ਇੱਕ ਸਪੈਸ਼ਲ ਲੈਕਚਰ ਲਗਾਵਾਂਗੇ। ਨੈਕਸਟ ਹੁਣ ਆਪਾਂ ਪੜ੍ਹਦੇ ਹਾਂ ਕੁਆਡਰੇਟਿਕ ਫਾਰਮੂਲਾ ਹੁੰਦਾ ਕੀ ਹੈ। ਸੋ ਆਪਣੇ ਕੋਲੇ ਕੁਆਡਰੇਟਿਕ ਫਾਰਮੂਲਾ ਮੈਂ ਇੱਥੇ ਲਿਖਦਾ ਜੀ, ਬਹੁਤ ਹੀ ਜ਼ਿਆਦਾ ਸੌਖੀ ਅਤੇ ਸਿੰਪਲ ਚੀਜ਼ ਹੈ ਜਿਸ ਦੇ ਨਾਲ ਰੂਟਸ ਨੂੰ ਬਹੁਤ ਆਸਾਨੀ ਨਾਲ ਕੱਢਿਆ ਜਾ ਸਕਦਾ, ਸਪੈਸ਼ਲੀ ਜਿਹੜੇ ਬੱਚਿਆਂ ਨੂੰ ਮਿਡਲ ਟਰਮ ਸਪਲਿਟਿੰਗ ਔਖੀ ਲੱਗਦੀ ਹੈ। ਸੋ ਆਪਣੇ ਕੋਲੇ ਜਸਟ ਲਿਖਣਾ ਕੀ ਹੈ, ਰੂਟਸ ਇਜ਼ ਇਕਲਸ ਟੂ ਮਾਈਨਸ ਬੀ ਪਲੱਸ ਰੂਟ ਡੀ ਅਪੋਨ 2a। ਸੋ ਬੇਟੇ ਜਿਹੜੀ b ਹੈ, d ਹੈ, a ਹੈ, ਉਹ ਆਪਣੇ ਕੋਲੇ ਆਲਰੇਡੀ ਇਕੁਏਸ਼ਨ ਚੋਂ ਬਣ ਚੁੱਕੀ ਹੈ, ਕੋਮਾ ਸੈਕਿੰਡ ਰੂਟ ਕੀ ਹੋਏਗਾ, ਮਾਈਨਸ ਬੀ ਮਾਈਨਸ ਰੂਟ ਡੀ ਅਪੋਨ 2a, ਰਾਈਟ? ਹੁਣ ਆਪਾਂ ਇੱਦਾਂ ਕਰਦੇ ਹਾਂ, ਇੱਕ ਐਗਜ਼ੈਂਪਲ ਕਰਕੇ ਦੇਖਦੇ ਹਾਂ, ਫਿਰ ਦੇਖਦੇ ਹਾਂ ਵੀ ਆਪਾਂ ਨੂੰ ਕਿੰਨਾ ਕੁ ਇਹ ਆਉਣ ਲੱਗਿਆ। ਸੋ ਆਪਾਂ ਐਗਜ਼ੈਂਪਲ ਤੋਂ ਸਟਾਰਟ ਕਰਦੇ ਹਾਂ। ਆਪਣੇ ਕੋਲੇ ਦਿੱਤਾ ਹੋਇਆ ਫਾਈਂਡ ਰੂਟਸ ਆਫ 2x ਸਕੁਆਇਰ ਪਲੱਸ 7x ਪਲੱਸ 5 ਇਕੁਅਲਸ ਟੂ 0। ਹਾਂਜੀ, ਸੋ ਫਸਟਲੀ ਤਾਂ ਆਪਾਂ ਮਿਡਲ ਟਰਮ ਸਪਲਿਟਿੰਗ ਨਾਲ ਇਸ ਨੂੰ ਬਹੁਤ ਹੀ ਜ਼ਿਆਦਾ ਆਸਾਨ ਕਰ ਸਕਦੇ ਹਾਂ, ਬਟ ਅੱਜ ਦਾ ਆਪਣਾ ਟੌਪਿਕ ਹੈ
ਕੁਆਡਰੇਟਿਕ ਫਾਰਮੂਲਾ। ਹਾਂਜੀ, ਸੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕੰਪੇਅਰ ਕਰਦੇ ਹਾਂ ਜਨਰਲ ਫਾਰਮ ਨਾਲ, ਜਿਹੜੀ ਕਿ ਆਪਾਂ ਪਿਛਲੇ ਪੇਜ ਤੇ ਪੜ੍ਹੀ ਹੈ, ਏ ਐਕਸ ਸਕੁਆਇਰ ਪਲੱਸ ਬੀ ਐਕਸ ਪਲੱਸ ਸੀ ਦੇ ਨਾਲ। ਹਾਂਜੀ, ਸੋ ਕੰਪੇਅਰ ਕੀਤਾ, ਏ ਦੀ ਵੈਲਿਊ ਆਪਣੇ ਕੋਲ ਆ ਗਈ 2, ਬੀ ਦੀ ਵੈਲਿਊ ਆਪਣੇ ਕੋਲ ਆ ਗਈ ਰਾਜੇ 7, ਐਂਡ ਸੀ ਦੀ ਵੈਲਿਊ ਆਪਣੇ ਕੋਲ ਆ ਗਈ 5। ਰਾਈਟ, ਹੁਣ ਧਿਆਨ ਨਾਲ ਦੇਖਿਓ, ਪਹਿਲਾ ਕੰਮ ਆਪਣੇ ਕੋਲ ਹੈਗਾ ਡੀ ਕੱਢਣਾ, ਦੈਟ ਇਜ਼ ਡਿਸਕ੍ਰਿਮੀਨੈਂਟ। ਫਾਰਮੂਲਾ ਆਪਣੇ ਕੋਲ ਯਾਦ ਹੀ ਹੋਣਾ ਹੈ, ਕੀ ਫਾਰਮੂਲਾ ਸੀ? ਬੀ ਸਕੁਆਇਰ ਮਾਈਨਸ 4AC। ਸੋ ਆਪਣੇ ਕੋਲ ਬੀ ਸਕੁਆਇਰ ਮਾਈਨਸ 4AC ਲਗਾਇਆ, ਬੀ ਆਪਣੇ ਕੋਲ 7 ਹੈ, 4 ਇੰਟੂ ਏ ਦੀ ਵੈਲਿਊ 2 ਹੈ ਰਾਜੇ, ਐਂਡ ਸੀ ਦੀ ਵੈਲਿਊ 5 ਹੈ। ਸੋ ਡੀ ਦੀ ਵੈਲਿਊ ਆਪਣੇ ਕੋਲ ਆ ਰਹੀ ਹੈ 49 ਮਾਈਨਸ 40, ਦੈਟ ਇਜ਼ 9। ਰਾਈਟ, ਹੁਣ ਦੇਖੋ ਧਿਆਨ ਨਾਲ, ਕੁਆਡਰੇਟਿਕ ਫਾਰਮੂਲਾ ਆਪਣੇ ਕੋਲ ਕੀ ਸੀ? ਸੋ ਜਿਸ ਦੇ ਵਿੱਚ ਆਪਾਂ ਲਿਖਦੇ ਸੀ ਰੂਟਸ ਇਜ਼ ਇਕਲਸ ਟੂ ਪਲੱਸ ਮਾਈਨਸ, ਜਾਂ ਇੱਕ ਵਾਰੀ ਮਾਈਨਸ ਦੇ ਵਿੱਚ ਇੱਕ ਵਾਰੀ ਪਲੱਸ ਦੇ ਵਿੱਚ। ਸੋ ਮਾਈਨਸ ਬੀ ਪਲੱਸ ਰੂਟ ਡੀ ਅਪੋਨ 2A ਕੌਮਾ ਮਾਈਨਸ ਬੀ ਮਾਈਨਸ ਰੂਟ ਡੀ ਅਪੋਨ 2A। ਹੁਣ ਧਿਆਨ ਨਾਲ ਦੇਖਿਓ, ਆਪਣੇ ਕੋਲ b ਦੀ ਵੈਲਿਊ ਵੀ ਹੈ, d ਦੀ ਵੈਲਿਊ ਵੀ ਹੈ, ਐਂਡ a ਦੀ ਵੀ। ਸੋ ਆਪਾਂ ਪੁੱਟ ਕਰਦੇ ਹਾਂ, ਮੇਰੇ ਕੋਲ ਵੈਲਿਊਜ਼ ਆਉਣਗੀਆਂ ਮਾਈਨਸ, b ਦੀ ਵੈਲਿਊ ਕਿੰਨੀ ਹੈ ਰਾਜੇ 7, d ਦੀ ਵੈਲਿਊ ਆਪਣੇ ਕੋਲ ਕਿੰਨੀ ਹੈ 9, 2 ਇੰਟੂ a ਦੀ ਵੈਲਿਊ ਕਿੰਨੀ ਹੈ 2, ਕੌਮਾ ਦੂਸਰਾ ਰੂਟ ਆਪਾਂ ਵਾਈਟ 'ਚ ਲਿਖ ਲੈਂਦੇ ਹਾਂ ਮਾਈਨਸ 7 ਮਾਈਨਸ ਰੂਟ 9 ਅਪੋਨ 2 ਇੰਟੂ 2। ਸੋ ਆਪਣੇ ਕੋਲ ਕੀ ਬਣੇਗਾ? ਧਿਆਨ ਨਾਲ ਦੇਖਿਓ, ਮਾਈਨਸ 7 ਰੂਟ 9 ਕਿੰਨਾ ਹੁੰਦਾ 3 ਅਪੋਨ 4, ਕੌਮਾ ਮਾਈਨਸ 7 ਮਾਈਨਸ 3 ਅਪੋਨ 4। ਸੋ ਆਪਣੇ ਕੋਲ ਆਂਸਰ ਆਏਗਾ ਮਾਈਨਸ 4 ਅਪੋਨ 4, ਐਂਡ ਦੂਸਰਾ ਬਣੇਗਾ ਰਾਜੇ ਮਾਈਨਸ 10 ਅਪੋਨ 4। ਰਾਈਟ, ਸੋ ਆਪਣੇ ਕੋਲ ਦੋਨੋਂ ਰੂਟਸ ਹਾਜ਼ਰ ਨੇ। ਦੇਖੋ ਕਿੰਨਾ ਸੌਖਾ ਕੁਐਸਚਨ ਸੀ, ਪਹਿਲਾ ਰੂਟ ਆਇਆ ਮਾਈਨਸ 1, ਐਂਡ ਦੂਸਰਾ ਰੂਟ ਕਿੰਨਾ ਆਇਆ? ਹਾਂਜੀ, ਸ਼ਾਬਾਸ਼, ਮਾਈਨਸ 2.5। ਵੈਰੀ ਗੁੱਡ। ਰਾਈਟ, ਉਮੀਦ ਆ ਰਾਜੇ ਬਹੁਤ ਚੰਗੇ ਤਰੀਕੇ ਸਮਝ ਆਇਆ ਹੋਊ। ਥੈਂਕ ਯੂ।